ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਦਾ ਲੇਖ ਹੈ। ਯੁੱਗ ਬਦਲੀ। ਯੁੱਗ ਉਦੋਂ ਤੇ ਉੱਥੇ ਬਦਲਦੇ ਹਨ ਜਿੱਥੇ ਯੁੱਗ ਨੂੰ ਬਦਲਣ ਵਾਲੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਹਨ ਤੇ ਬਦਲਣ ਵਾਲੇ ਸੋਚਵਾਨ ਤੇ ਸਿਧਾਂਤ ਵਾਲੇ ਗਿਆਨਵਾਨ ਤੇ ਹਿੰਮਤੀ ਵਿਅਕਤੀ ਜ਼ਿੰਮੇਵਾਰੀ ਚੁੱਕਦੇ ਹਨ। ਹਿੰਮਤ ਤੇ ਗਿਆਨ ਦੀ ਹੋਂਦ ਅਣਹੋਂਦ ਕਾਰਨ ਹੀ ਸੰਸਾਰ ਦੇ ਕੁਝ ਖੇਤਰ ਖੁਸ਼ਹਾਲ ਹਨ ਤੇ ਬਾਕੀ ਪਛੜੇ ਹੋਏ ਹਨ। ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਹਨ, ਫਿਰ ਢੁਕਵੇਂ ਸਾਧਨ ਜੁਟਾਉਂਦੇ ਹਨ ਤੇ ਆਪਣੀ ਵਿਉਂਤਬੰਦੀ ਤੇ ਮਿਹਨਤ ਨਾਲ ਆਪਣੇ ਸੁਪਨੇ ਨੂੰ ਯਥਾਰਥ ਕਰ ਵਿਖਾਉਂਦੇ ਹਨ। ਆਧੁਨਿਕ ਦ੍ਰਿਸ਼ਟੀ ਤੋਂ ਯੂਨਾਨੀਆਂ ਤੇ ਰੋਮਨਾਂ ਨੇ 2500 ਸਾਲ ਪਹਿਲਾਂ ਸੁਚੇਤ ਰੂਪ 'ਚ ਆਪਣਾ ਯੁੱਗ ਬਦਲਿਆ ਸੀ। ਅਜੋਕਾ ਰੋਮ ਸੰਸਾਰ ਦਾ ਪਹਿਲਾ ਸ਼ਹਿਰ ਹੈ। ਸੰਸਾਰ 'ਚ 10 ਲੱਖ ਦੀ ਆਬਾਦੀ ਪਾਰ ਕਰਨ ਵਾਲਾ ਪਹਿਲਾ ਸ਼ਹਿਰ ਵੀ ਰੋਮ ਸੀ। ਯੂਨਾਨੀ ਪਹਿਲੇ ਸਨ ਜਿਨ੍ਹਾਂ ਨੇ ਵਿਸ਼ਵ ਦੇ ਸੰਦਰਭ 'ਚ ਸੋਚਿਆ। ਸੁਕਰਾਤ ਪਹਿਲਾ ਯੂਨਾਨੀ ਸੀ ਜਿਹਦੀ ਸੋਚ ਵਿਸ਼ਵ ਵਿਆਪੀ ਸੀ। ਉਹ ਸੰਸਾਰ 'ਚ ਪ੍ਰਗਟਾਵੇ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਸੀ। ਸਿਕੰਦਰ ਵੀ ਪਹਿਲਾ ਯੂਨਾਨੀ ਸੀ ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੰਕਲਪ ਕੀਤਾ ਸੀ। ਅਜੋਕੇ ਸਮੇਂ 'ਚ ਸੰਸਾਰ ਦੇ ਉਹੀ ਦੇਸ਼ ਖੁਸ਼ਹਾਲ ਹਨ ਜਿਨ੍ਹਾਂ ਦਾ ਪਿਛੋਕੜ ਯੂਨਾਨੀ ਜਾਂ ਰੋਮਨੀ ਹੈ। ਯੂਨਾਨੀ ਗਿਆਨ ਤੇ ਰੋਮਨੀ ਪ੍ਰਬੰਧ ਵਾਲਾ ਅਜੋਕਾ ਈਸਾਈ ਜਗਤ ਖੁਸ਼ਹਾਲ ਹੈ, ਵਿਕਸਿਤ ਹੈ, ਟੈਕਨੋਲੋਜੀ ਦਾ ਸਿਰਜਕ ਹੈ ਤੇ ਵਰਤੋਂਕਾਰ ਹੈ, ਸਮੇਂ ਦਾ ਪਾਬੰਦ ਤੇ ਵਿਗਿਆਨਕ ਹੈ। ਅਜੋਕੇ ਸੰਸਾਰ ਉੱਤੇ ਵਾਸਤਵ ਵਿੱਚ ਯੂਰਪ ਜਾਂ ਪੱਛਮ ਦਾ ਰਾਜ ਹੈ। ਅਮਰੀਕਾ ਅਜੋਕੇ ਪੱਛਮ ਦਾ ਵਿਸਥਾਰ ਹੈ। ਬਾਕੀ ਦਾ ਸੰਸਾਰ ਪੱਛਮ ਦੇ ਪਾਏ ਪੂਰਨਿਆਂ ਤੇ ਚੱਲ ਕੇ ਵਿਕਾਸ ਕਰਕੇ ਆਧੁਨਿਕ ਬਣ ਰਿਹਾ ਹੈ। ਹਰ ਹੀਲੇ ਪੱਛਮ ਦਾ ਵਿਰੋਧ ਕਰਨ ਵਾਲੇ ਭਾਂਤ ਭਾਂਤ ਦੇ ਕੱਟੜਵਾਦੀ ਮੱਧਕਾਲੀ ਸਮੱਸਿਆਵਾਂ ਤੇ ਧਾਰਮਿਕ ਅੰਧ ਵਿਸ਼ਵਾਸਾਂ 'ਚ ਉਲਝੇ ਹੋਣ ਕਾਰਨ ਆਪਣੇ ਆਪ ਲਈ ਬਿਪਤਾਵਾਂ ਹੀ ਉਪਜਾ ਰਹੇ ਹਨ। ਪੱਛਮ ਨਾਲ ਮਤਭੇਦ ਹੋ ਸਕਦੇ ਹਨ, ਪਰ ਪੱਛਮ ਦੇ ਵਿਗਿਆਨਕ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ। ਹਰ ਧਰਮ ਨੇ ਸੰਸਾਰ ਦੀ ਉਤਪਤੀ ਤੇ ਸਮਾਜ ਦੇ ਨਿਰਮਾਣ ਤੇ ਮਨੁੱਖ ਦੀ ਸਥਿਤੀ ਬਾਰੇ ਆਪਣੀ ਆਪਣੀ ਕਿਸਮ ਦੀਆਂ ਧਾਰਨਾਵਾਂ ਉਸਾਰੀਆਂ ਹਨ। ਯੁੱਗਾਂ ਦੇ ਬਦਲਣ ਬਾਰੇ ਕਾਰਲ ਮਾਰਕਸ ਨੇ ਬੜੇ ਗੰਭੀਰਤਾ ਨਾਲ ਤੇ ਬੜੇ ਵਿਸਥਾਰ ਨਾਲ ਅਧਿਐਨ ਕੀਤਾ, ਜਿਸ ਨੂੰ ਉਹਨੇ ਇਤਿਹਾਸਕ ਪਦਾਰਥਵਾਦ ਦਾ ਨਾਂ ਦਿੱਤਾ ਹੈ, ਜਿਸ ਨਾਲ ਸੋਚ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ। ਪਰ ਇਸ ਸੋਚ ਦੇ ਸਿਧਾਂਤ ਦਾ ਵਿਰੋਧ ਵੀ ਹੋਇਆ। ਯੁੱਗ ਬਦਲੀ ਦੇ ਵਿਸ਼ੇ ਨੂੰ ਕਈ ਢੰਗਾਂ ਨਾਲ ਵੱਖ ਵੱਖ ਆਧਾਰਾਂ ਤੇ ਵਿਭਿੰਨ ਦ੍ਰਿਸ਼ਟੀਕੋਣਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਯੁੱਗ ਬਦਲੀ 'ਚ ਕੇਂਦਰੀ ਨੁਕਤਾ ਪਰਿਵਰਤਨ ਹੁੰਦਾ ਹੈ। ਸਮੁੱਚੇ ਸੰਸਾਰ ਨੂੰ ਸੋਚ ਦੇ ਪੱਖੋਂ ਪਰਿਵਰਤਨ ਪੱਖੀ ਤੇ ਪਰਿਵਰਤਨ ਵਿਰੋਧੀ ਵੰਨਗੀਆਂ 'ਚ ਵੰਡਿਆ ਜਾ ਸਕਦਾ ਹੈ। ਆਲਸੀ ਤੇ ਸੁਸਤ ਲੋਕ ਪਰਿਵਰਤਨ ਤੋਂ ਡਰਦੇ ਹਨ ਤੇ ਅਗਲੇ ਜਨਮ ਤੇ ਕਿਸਮ ਦਾ ਭਾਂਜਵਾਦੀ ਸੰਕਲਪ ਉਸਾਰ ਕੇ ਆਪਣੀ ਬੌਧਕ ਕੰਗਾਲੀ ਦਾ ਹੀ ਪ੍ਰਮਾਣ ਦਿੰਦੇ ਹਨ ਤੇ ਪਰੰਪਰਾ ਨੂੰ ਦ੍ਰਿੜ ਕਰਵਾਉਂਦੇ ਹਨ। ਭਾਰਤ ਨੇ ਸਤਯੁੱਗ, ਤ੍ਰੇਤਾ ਯੁੱਗ, ਦੁਆਪਰ ਤੇ ਕਲਯੁੱਗ ਦਾ ਸੰਕਲਪ ਉਸਾਰ ਕੇ ਮਨੁੱਖ ਦੇ ਨਿਰੰਤਰ ਨਿਗਰਨ ਦਾ ਅੰਧ ਵਿਸ਼ਵਾਸੀ ਫਲਸਫਾ ਉਸਾਰਿਆ ਹੈ। ਭਾਰਤ ਮੁੱਖ ਤੌਰ ਤੇ ਪੁਰਾਤਨਵਾਦੀ ਹੈ। ਇਹ ਆਪਣੀ ਹਰ ਚੀਜ਼ ਨੂੰ ਪੁਰਾਤਨ ਸਿੱਧ ਕਰਕੇ ਨਾ ਇਹ ਕਿਸੇ ਪ੍ਰਕਾਰ ਦਾ ਪਰਿਵਰਤਨ ਲਿਆਉਣ ਦਾ ਯਤਨ ਕਰਦਾ ਹੈ ਤੇ ਨਾ ਹੀ ਇਹ ਕਿਸੇ ਪਰਿਵਰਤਨ ਨੂੰ ਪ੍ਰਵਾਨ ਕਰਦਾ ਹੈ। ਸਾਡੇ ਪਿੰਡ ਪੁਰਾਤਨ ਪਰੰਪਰਾ ਦੀਆਂ ਪਾਠਸ਼ਾਲਾਵਾਂ ਹਨ। ਇਹਨਾਂ ਵਿੱਚ ਜੀਵਨ ਮੱਧਕਾਲੀ ਸੰਕਲਪਾਂ ਵਾਲਾ ਹੈ, ਜਿਸ ਕਾਰਨ ਭਾਰਤ ਵਿੱਚ ਜਾਤ ਪਾਤ ਨੂੰ ਖਤਮ ਕਰਨ ਦੇ ਹਰੇਕ ਉਪਰਾਲੇ ਨਾਲ ਜਾਤ ਪਾਤ ਹੋਰ ਦ੍ਰਿੜ ਹੀ ਹੋਈ ਹੈ। ਜਾਤ ਪਾਤ ਭਾਰਤ ਦਾ ਹੀ ਲੱਛਣ ਨਹੀਂ ਹੈ। ਸੰਸਾਰ 'ਚ ਜਿੱਥੇ ਵੀ ਖੇਤੀਬਾੜੀ ਉਪਜੀਵਿਕਾ ਦਾ ਮੁੱਖ ਸਾਧਨ ਹੈ, ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਜਾਤ ਪਾਤ ਹੈ। ਪਰ ਭਾਰਤ ਵਿੱਚ ਇਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ, ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਪਰਿਵਰਤਨ ਦੀ ਚਾਲ ਬੜੀ ਹੌਲੀ ਹੈ। ਭਾਰਤ ਦੇ ਇਤਿਹਾਸ ਨੇ 4 ਮੁੱਖ ਮੋੜ ਕੱਟੇ ਹਨ। ਆਰੀਆਂ ਦਾ ਆਗਮਨ, ਬੁੱਧ ਦਾ ਪ੍ਰਗਟ ਹੋਣਾ, ਇਸਲਾਮ ਦਾ ਪ੍ਰਵੇਸ਼ ਤੇ ਅੰਗਰੇਜ਼ਾਂ ਦਾ ਆਉਣਾ। ਇਹ 4 ਮੋੜ ਕੱਟਣ ਵਿੱਚ ਭਾਰਤ ਨੇ ਆਪ ਕੋਈ ਉੱਦਮ ਨਹੀਂ ਕੀਤਾ, ਉੱਦਮ ਯਤਨ ਕਰਨ ਵਾਲਿਆਂ ਜਾਂ ਆਉਣ ਵਾਲਿਆਂ ਨੇ ਕੀਤਾ। ਭਾਵੇਂ ਬੁੱਧ ਧਰਮ ਭਾਰਤ ਵਿੱਚ ਉਪਜਿਆ, ਪਰ ਇਹਦੀ ਨੁਹਾਰ ਬਾਕੀ ਭਾਰਤੀ ਧਰਮਾਂ ਨਾਲ ਮੇਲ ਨਹੀਂ ਖਾਂਦੀ।
जिस कारण बुद्ध धर्म का प्रभाव भारत विच घटिया ते इह विदेशां च फैलिया। मंगोल नसल दियां कौमां ते बुद्ध धर्म का विशाल प्रभाव है। भारत कोल इतिहास का लकीरी संकल्प नहीं है, क्योंकि भारत कोल समय दे काल चक्कर का संकल्प है। साडा कैलेंडर सूरज आधारित नहीं, चंद्रमा आधारित है। जदों तक समय का लकीरी संकल्प नहीं उसरदा, इतिहास नहीं उपजदा। संसार च कैलेंडर नू सब तो पहला मिसरियां ने बनाया, पर अजोका कैलेंडर रोमन कैलेंडर है, जिहड़ा यहूदियां ईसाइयां दा सिरजिया होया है। इस समय संसार च कैलेंडर तां कई हन, जिवें हिंदू बिक्रमी कैलेंडर, मुस्लिम हिजरी कैलेंडर ते सिख नानकशाही कैलेंडर। पर अजोके संसार च सब तो वध प्रवानित ईसाई कैलेंडर है, जिस अनुसार ईसा संसार दा पहला इतिहासिक व्यक्ति मनिया जांदा है ते समय दी गल पूर्व ईस्वी ते ईस्वी अनुसार कीती जांदी है। यहूदियां ईसाइयां दा कैलेंडर वेख के अजोके संसार दे सारे धर्मां फिरकियां ने अपने कैलेंडर उसारे हन। साडे मेले त्यौहार अजे भी चंद्रमा नाल जुड़े हुए हैं, जबकि संसार का विकसित भाग सूरज नाल जुड़िया होया। चंद्रमा नाल जुड़े होने कारण ही भारत अज भी अंधविश्वासी कुंडलियां, मुहूर्तां, टेवियां, जन्मपत्रियां, श्राद्धां, ज्योतिषियां च उलझिया पिया। साडे कोल काल का संकल्प है, युग का संकल्प नहीं। भारत कोल देवतियां का संकल्प सी, भारत विच परमात्मा दा संकल्प इस्लाम लेके आया सी, जिसने यह संकल्प यहूदियां ईसाइयां तो प्राप्त किया सी। यूनानी रोमन मगरों जाके ईसाई बने। ईसाई जगत नूं ज्योमैट्री दे ज्ञान ने विज्ञानक बनाया है। ज्योमैट्री नाल नक्शे बनाए गए, जिन्हां नूं वरत के पछमी देशां ने समुंदर राहीं अपना प्रभाव सारे संसार च फैलाया है। इतिहास लिखिया जाना उदों संभव हुंदा है जदों सूरजी कैलेंडर दी वरतों ते लिखण कला दा विकास हुंदा है। इवें संसार कोल केवल 10,000 साल दा इतिहास है, इस तों पहलां दे सब अनुमान हन। इन्हां अनुमानां दे आधार ते संसार च तीन मुख युग मन्ने गए हन, मिथ्यासक युग, धार्मिक युग ते विज्ञानक युग। युग भावें कई होए, पर पछाणन योग युग तीन ही हैं, जिन्हां नूं उपजीविका दे पक्षों शिकार युग, खेती युग ते उद्योगिक युग कहा जा सकता है। ये युग तीन क्यों होए हैं, चार जां दो क्यों नहीं? इहदा उत्तर यह है कि इन्हां तिन्हां युगां च मनुख दे मन च उपजण वाले हरेक प्रश्न का उत्तर वक्रे ढंग ते वक्रे तर्क नाल दिता गया है। जिवें शिकार युग च भूचाल का कारण धरती का एक बल्द दे सिंग ते टिके होना ते थके हुए बल्द वल्लों सिंग बदलना दस्या गया। इसे प्रश्न का उत्तर खेती युग विच धर्म नाल जोड़ के धरती दे बेड़े दा पापा नाल भरे होण करके डोलना दस्या गया, ते उद्योगिक युग विच इहनूं धरती अंदरलियां टैक्टोनिक प्लेटां दा खिसकना दस्या गया। स्पष्ट है कि इन्हां तिन्हां युगां विच संद प्रबंध ते वक्रे होण कारण विश्व दृष्टि ते जीवन जाच ते समाजिक बणतर वक्री सी। शिकार युग पशु केंद्रित सी, खेती युग धर्म जां रब केंद्रित सी, जबकि उद्योगिक युग विज्ञान ते मनुख केंद्रित है। स्पष्ट रूप च युग उदों बदलदा है जदों मनुख ऊर्जा दा कोई नवां व्यापक स्रोत लभदा है। ऊर्जा जां शक्ति जीवन की केंद्रीय चूल हुंदी है। मनुख नूं हरेक कारज लई ऊर्जा की लोड़ पैंदी है। ऊर्जा दे नवें स्रोत नाल नवां संद प्रबंध, समाजिक प्रणाली, रिश्ता नाता प्रबंध, विआह प्रणाली, जायदादी आधार, पहरावा, आहार, पाबंदियां, मनाइयां, इसत्री पुरुष संबंध, काम धंधे, रसम रिवाज, रस्मां रीतां, विश्वास आदि होंद चाहुंदी हन। जदों युग बदलता है तो सब कुछ बदलता है। बदलाव लई मुख लोड़ ऊर्जा दे नवें स्रोत दी हुंदी है। शिकार युग च मनुख कोल केवल अपना शरीरक बल सी, पैदल चलण दी मजबूरी सी, सारा जीवन 5-6 मील दे घेरे च गुजरदा सी, ज्ञान सीमित सी, सूचना दा आदान प्रदान मौखिक सी।
खेती युग विच मनुख ने पशु बल वरतना आरंभ किया। सवारी ते सफर लई घोड़िया नू वरत्या। अनुभव खेतर फैलिया। लिपि का विकास किया। लिखण की कला विकसित हुई। सूचना दे मौखिक संचार दे नाल नाल लिखती संचार भी संभव होया। मकैनिकी ऊर्जा उद्योगिक युग की चूल है। उद्योगिक युग विच मनुख ने मकैनिकी ऊर्जा नाल नवा संद प्रबंध सिरज के तेज चलण वाले वाहनों का निर्माण करके अपने कारजां की रफ्तार वधा के अपना अनुभव खेतर विशाल किया ते छापेखाने की काढ़ नाल ज्ञान का प्रसार किया। उपरोक्त तो स्पष्ट है कि शिकार युग च मनुख कोल केवल शरीरक बल जां ऊर्जा सी। खेती युग विच उन्हें शरीरक बल दे नाल पशु बल वरतना सिख्या ते उद्योगिक युग विच शरीरक बल ते पशु बल दे नाल मकैनिकी बल वरतन की योग्यता उपजाई। बाकी जो कुछ भी वापरिया वो इन्हां मुख परिवर्तना अधीन वापरिया। हुण असीं चौथे युग वल वध रहे हां जिहड़ा सूरजी ऊर्जा ते आधारित होएगा ते जिहड़ा कंप्यूटर ते रोबोट ते नैनो टेक्नोलॉजी केंद्रित होएगा। इस युग नूं टेक्नोलॉजी दा युग कहा जाएगा। स्पष्ट है जदों तक कोई समाज शरीरक बल ही वरतदा है उह शिकार युग जां आदिवासी स्थिति च ही रहिंदा है ते जदों कोई समाज शरीरक ते पशु बल वरतदा है उह खेती युग विच ही विचरदा रहिंदा है। उद्योगिक युग तेल भाफ जां बिजली दे उपजण वाली मकैनिकी ऊर्जा तों बिना संभव नहीं हुंदा। अगलेरे युग लई अमुक ऊर्जा की लोड़ पएगी जिस नूं सूरज ही पूरी कर सकेगा। शिकार युग तो खेती युग च प्रवेश करन लई मनुख नूं ऊर्जा दे नवे स्रोत की लोड़ सी जिहड़ी उन्हें पशुआं नूं वरत के पूरी कीती। इस उद्देश की पूर्ति लई मनुख ने अपना ज्ञान वरत के समुचे पशु जगत नूं लाभकारी ते हानिकारक वनगियां च वंडिया ते पाल के लाभकारी पशुआं की गिणती वधाई ते हानिकारक जीवां नूं मारन दा उपराला सिख्या। अज तो एक सदी पहलां तक समुची खेती व्यवस्था पशु बल ते निर्भर सी। जदों कुछ सैकड़े सदियां पहलां मनुख ने पशु बल वरतन की जाच सीखी तो होर भी बड़ा कुछ संभव कर विखाया। उन्हें धरती हेठला पानी लभ के खूहां राही पिंड वसाए। इवें खूह राही मनुख समुंदर दरिया झील झरने आदि तो दूर भी रहने दे योग होया। अग बालनी सीख के मनुख ने घरेलू जीवन की नींह रखी। इस तो पहला मनुख जंगल नू लगी अग वेखता तो सी पर उन्हों अग बालनी नहीं आती सी। मनुख उसे अग नू वरत सकता है जिहड़ी उहदे काबू च होवे। इवें ही उही पानी वरत्या जा सकता है जिहड़ा मनुख दे काबू च होवे। जंगल की अग वांग ही हड़ दे पानी का लाभ नहीं उठाया जा सकता। अग बालन की कला वांग ही मनुख ने गिणती मिणती करन दी योग्यता उपजाई है। आले दुआले नू काबू करना सिख्या है। ज्योमैट्री मैथमैटिक्स ते कंपस इसे कला का विज्ञानक रूप हैं जिन्हां नाल मनुख ने गिणतियां मिणतियां राही नवीं धरतियां ते नवें ग्रहां नू लभ्या है। खेती युग की व्यवस्था नू पक्के पैरिंग करन वास्ते समाजिक प्रबंध लई जात पात प्रणाली जायदाद का संकल्प वारस की लोड़ कारण विआह की प्रथा विआह नाल संबंधित रस्मां रीतां इस्त्री पुरुष के सभ्याचारक ते आर्थिक कारजां कम्मां दी वंड ते वेले समें नूं पूरन लई मेलियां त्यौहारां दा निर्माण होया है। खेती युग विच कुछ सियाणे लोकां ने आले दुआले नूं घोखणा आरंभ कीता ते कुदरत विच कारण कारज विचले संबंधां नूं जाणिया। कारण कारज दा संबंध समुचे विज्ञान दा आधार है। मनुख ने लक्कड़ नाल अग बालनी आरंभ कीती क्योंकि उहनूं लक्कड़ ते अग दे कारण कारज संबंध दा पता लग गया सी। पशुआं ते पंछियां नूं इस संबंध दा पता ना होण करके उहनां दा जीवन अज वी उवें है जिवें हज़ारां लखां साल पहले सी। मनुख ने कुदरत दे वरतारियां नूं समझ के कुछ विश्वव्यापी नियमां दा पता लाया। धर्म दे नेम स्थानक हुंदे हन जिवें तिब्बतियां दा स्वर्ग निघा है मारूथलां दे वसनीकां दा स्वर्ग ठंडा है पर विज्ञान दे नेम सब थाई एक सार लागू हुंदे हन। धर्म ने परमात्मा की होंद स्थापित करन लई धार्मिक ग्रंथां विच दर्ज कथनां ते कुदरत दे पसारे नूं आधार बनाया जदों कि विज्ञान ने धार्मिक ग्रंथां दा नहीं
ਕੁਦਰਤ ਦਾ ਸਿਲਸਿਲੇਵਾਰ ਅਧਿਐਨ ਕਰਕੇ ਵੱਖ ਵੱਖ ਵਰਤਾਰਿਆਂ ਵਿਚਲੇ ਸਰਵ ਵਿਆਪੀ ਨੇਮ ਲੱਭ ਕੇ ਯੰਤਰਾਂ ਦਾ ਨਿਰਮਾਣ ਕੀਤਾ ਅਤੇ ਭਾਫ਼ ਨੂੰ ਵਰਤਣ ਦੀ ਜੁਗਤ ਕੱਢੀ ਅਤੇ ਇੰਜਨ ਦੀ ਸ਼ਕਤੀ ਅਤੇ ਬਿਜਲੀ ਨੂੰ ਵਰਤ ਕੇ ਉਦਯੋਗਿਕ ਯੁੱਗ ਦਾ ਆਰੰਭ ਕੀਤਾ। 19ਵੀਂ ਸਦੀ ਦੇ ਅੱਧ ਤੱਕ ਸੰਸਾਰ 'ਚ ਅਮੀਰੀ ਗਰੀਬੀ ਦਾ ਪਾੜਾ ਪ੍ਰਤੱਖ ਨਹੀਂ ਸੀ, ਇਹ ਪਾੜਾ ਉਦਯੋਗਿਕ ਯੁੱਗ ਅਤੇ ਪੂੰਜੀਵਾਦੀ ਵਿਵਸਥਾ ਨੇ ਉਗਾੜਿਆ। ਉਦਯੋਗਿਕ ਯੁੱਗ ਵਿੱਚ ਕਾਰਖਾਨਿਆਂ ਵੱਲੋਂ ਕਾਮਿਆਂ ਦੀ ਮਿਹਨਤ ਨੂੰ ਹਥਿਆਉਣ ਕਰਕੇ ਇਕੱਠੀ ਹੋਈ ਦੌਲਤ ਅਤੇ ਮੁਨਾਫੇ ਵਾਲੀ ਵਪਾਰਕ ਬਿਰਤੀ ਕਾਰਨ ਅਮੀਰ ਹੁੰਦੇ ਗਏ, ਜਦਕਿ ਖੇਤੀ ਕਰਨ ਵਾਲੇ ਪਹਿਲਾਂ ਵਾਂਗ ਹੀ ਉਵੇਂ ਹੀ ਰਹੇ, ਪਰ ਕਾਰਖਾਨੇਦਾਰਾਂ ਦੀ ਤੁਲਨਾ 'ਚ ਖੇਤੀ ਕਰਨ ਵਾਲੇ ਗਰੀਬ ਵਿਖਾਈ ਦੇਣ ਲੱਗੇ। ਫੈਕਟਰੀਆਂ ਦੁਆਲੇ ਕਸਬੇ ਵਸੇ, ਕਸਬੇ ਵੱਡੇ ਹੋ ਕੇ ਸ਼ਹਿਰ ਬਣ ਗਏ। ਨਵੇਂ ਵਿਗਿਆਨ ਹੋਂਦ ਵਿੱਚ ਆਏ, ਸਿੱਖਿਅਤ ਅਮਲੇ ਦੀ ਲੋੜ ਪੂਰੀ ਕਰਨ ਲਈ ਵਿਦਿਅਕ ਸੰਸਥਾਵਾਂ ਉਸਰੀਆਂ, ਜੀਵਨ ਦਾ ਸ਼ਹਿਰੀਕਰਨ ਹੋਇਆ, ਮੱਧ ਸ਼੍ਰੇਣੀ ਉਭਰੀ, ਸਾਮੰਤਵਾਦੀ ਬਾਦਸ਼ਾਹੀਆਂ ਦਾ ਭੋਗ ਪਿਆ। ਸੁਤੰਤਰਤਾ ਅੰਦੋਲਨਾਂ ਰਾਹੀਂ ਦੇਸ਼ ਆਜ਼ਾਦ ਹੋਏ, ਪ੍ਰਜਾਤੰਤਰ ਉਭਰਨ ਲੱਗੇ, ਨਵੇਂ ਫਲਸਫੇ ਜਨਮੇ, ਮੁਕਾਬਲੇ ਦੀ ਬਿਰਤੀ ਅਧੀਨ ਸਮਾਜਵਾਦ ਅਤੇ ਪੂੰਜੀਵਾਦ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ। ਇਵੇਂ ਊਰਜਾ ਦੇ ਮਕੈਨਕੀ ਸਰੋਤ ਨੇ ਜੀਵਨ ਦੀ ਰਫ਼ਤਾਰ ਤੇਜ਼ ਕੀਤੀ, ਸੁੱਖ ਸਾਧਨ ਵਧਾਏ, ਨਵੇਂ ਰਿਸ਼ਤੇ ਉਸਾਰੇ ਅਤੇ ਜ਼ਾਤ ਦੀ ਥਾਂ ਜਮਾਤ, ਪਰਮਾਤਮਾ ਦੀ ਥਾਂ ਮਨੁੱਖ, ਪੋਥੀ ਦੀ ਥਾਂ ਪੁਸਤਕ, ਪਿੰਡ ਦੀ ਥਾਂ ਸ਼ਹਿਰ ਨੇ ਲੈ ਲਈ। ਨਵੀਂ ਜੀਵਨ ਜਾਚ ਉਸਰੀ ਅਤੇ ਸਮਾਚਾਰ ਪੱਤਰ, ਰੇਡੀਓ ਅਤੇ ਸਿਨੇਮਾ, ਟੈਲੀਵਿਜ਼ਨ ਆਦਿ ਸੂਚਨਾ ਅਤੇ ਮਨੋਰੰਜਨ ਦੇ ਨਵੇਂ ਸਾਧਨ ਹੋਂਦ ਵਿੱਚ ਆਏ। ਰੇਡੀਓ, ਸਿਨੇਮੇ ਅਤੇ ਟੈਲੀਵਿਜ਼ਨ ਨੇ ਇਸਤਰੀ ਨੂੰ ਉਭਾਰਿਆ ਹੈ ਅਤੇ ਇਸਤਰੀ ਨੇ ਇਹਨਾਂ ਮਨੋਰੰਜਨੀ ਸਾਧਨਾਂ ਨੂੰ ਹਰਮਨ ਪਿਆਰਾ ਬਣਾਇਆ ਹੈ। ਇਸਤਰੀ ਦੇ ਵਿਕਾਸ ਵਿੱਚ ਸਿੱਖਿਆ, ਬਿਜਲੀ ਅਤੇ ਗਰਭ ਰੋਕੂ ਵਿਧੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਰੇ ਉਦਯੋਗਿਕ ਯੁੱਗ ਦੀ ਦੇਣ ਹਨ। ਸਪਸ਼ਟ ਹੈ ਕਿ ਸ਼ਿਕਾਰ ਯੁੱਗ ਦੇ ਵਾਸੀ ਜੰਗਲਾਂ ਦੇ ਵਾਸੀ ਸਨ, ਖੇਤੀ ਯੁੱਗ ਨੇ ਪਿੰਡ ਵਸਾਏ, ਜਦੋਂ ਕਿ ਉਦਯੋਗਾਂ ਨੇ ਸ਼ਹਿਰ ਉਸਾਰੇ ਹਨ। ਹੁਣ ਵੀ ਜੰਗਲਾਂ ਦੇ ਆਦਿਵਾਸੀ ਖੇਤੀ ਯੁੱਗ ਦਾ ਲਾਭ ਨਹੀਂ ਉਠਾ ਸਕਦੇ ਅਤੇ ਪਿੰਡਾਂ 'ਚ ਰਹਿਣ ਵਾਲੇ ਲੋਕ ਉਦਯੋਗਿਕ ਯੁੱਗ ਦੇ ਉਸਾਰੇ ਮਹਾਂਨਗਰਾਂ ਦੀਆਂ ਸਾਰੀਆਂ ਸਹੂਲਤਾਂ ਅਤੇ ਸੰਭਾਵਨਾਵਾਂ ਨਹੀਂ ਹੰਢਾ ਸਕਦੇ। ਇਸ ਵੇਲੇ ਸਾਰਾ ਸੰਸਾਰ ਵਿਕਸਿਤ ਦੇਸ਼ਾਂ ਵੱਲ ਅੱਡੀਆਂ ਚੁੱਕ ਕੇ ਵੇਖ ਰਿਹਾ ਹੈ ਅਤੇ ਸੰਸਾਰ ਦਾ ਹਰ ਦੇਸ਼ ਅਮਰੀਕਾ ਜਿੰਨੀ ਤਰੱਕੀ ਕਰਨਾ ਚਾਹੁੰਦਾ ਹੈ। ਸਰੀਰਕ ਬਲ, ਪਸ਼ੂ ਬਲ ਅਤੇ ਮਕੈਨਿਕੀ ਬਲ ਤੋਂ ਅਗਲੇਰਾ ਪੜਾਓ ਸੂਰਜੀ ਊਰਜਾ ਦਾ ਹੋਏਗਾ। ਇਹ ਚੌਥਾ ਭਾਵ ਸੂਰਜੀ ਟੈਕਨੋਲੋਜੀ ਦਾ ਯੁੱਗ ਹੋਏਗਾ। ਸੂਰਜੀ ਊਰਜਾ ਦੇ ਪੱਖੋਂ ਏਸ਼ੀਆਈ ਦੇਸ਼ਾਂ 'ਚ ਧੁੱਪ ਦੀ ਭਰਮਾਰ ਹੈ, ਇਸੇ ਲਈ ਅਜੋਕੀ ਸਦੀ ਨੂੰ ਏਸ਼ੀਆਈ ਸਦੀ ਕਿਹਾ ਜਾ ਸਕਦਾ ਹੈ। ਸੂਰਜੀ ਊਰਜਾ ਨਾਲ ਵਿਕਾਸ, ਚੰਗੇਰਾ, ਸੁਖਾਵਾਂ ਅਤੇ ਪ੍ਰਦੂਸ਼ਣ ਰਹਿਤ ਹੋਏਗਾ। ਉਦੇਸ਼ ਵੱਖਰੇ ਹੋਣਗੇ, ਸਮੱਸਿਆਵਾਂ ਵੀ ਨਵੇਂ ਪ੍ਰਕਾਰ ਦੀਆਂ ਹੋਣਗੀਆਂ। ਸੰਦ ਪ੍ਰਬੰਧ, ਕੰਮ ਧੰਦੇ ਅਤੇ ਢੰਗ ਤਰੀਕੇ ਬਦਲਣਗੇ। ਵਿਸ਼ਵ ਪੱਧਰ 'ਤੇ ਪਰਿਵਰਤਨ ਦੀਆਂ ਇਹ ਨਿਸ਼ਾਨੀਆਂ ਆਲੇ ਦੁਆਲੇ 'ਚ ਉੱਭਰਨ ਲੱਗ ਪਈਆਂ ਹਨ। ਅਜੇਕਾ ਸੰਸਾਰ ਇੱਕ ਨਵੇਂ ਯੁੱਗ ਦੀ ਦਹਿਲੀਜ਼ 'ਤੇ ਖਲੋਤਾ ਹੈ। ਜਿਹੜੇ ਤਿਆਰ ਹੋਣਗੇ ਉਹੀ ਪ੍ਰਵੇਸ਼ ਕਰਨਗੇ, ਜਿਹੜੇ ਹਿੰਮਤ ਕਰਨਗੇ ਉਹੀ ਲਾਭ ਉਠਾਉਣਗੇ। ਧੰਨਵਾਦ।